ਅਸਲਾਮ ਅਲੈਕੁਮ। ਸਿਆਣੇ ਕਹਿੰਦੇ ਵੀ ਖੇਡਾਂ ਸਜਣੋਂ ਜੰਗ ਨਹੀਂ ਹੁੰਦੀਆਂ, ਜਿੱਤਾਂ ਕਦੇ ਵੀ ਮੰਗ ਨਹੀਂ ਹੁੰਦੀਆਂ। ਅਸੀਂ ਨਿੱਕੇ ਲਾ ਤੋਂ ਦੇਖਣ ਲੱਗੇ ਹਾਂ ਕਿ ਜਦੋਂ ਇੰਡੀਆ ਪਾਕਿਸਤਾਨ ਦਾ ਕਦੀ ਵੀ ਮੈਚ ਹੋਇਆ, ਲੋਕ ਟੀ ਵੀ ਭੰਨ ਦਿੰਦੇ ਬਈ, ਐਂ ਸੋਗ 'ਚ ਚਲੇ ਜਾਂਦੇ ਵੀ ਜਿੱਦਾਂ ਜੰਗ ਦਾ ਮਾਹੌਲ ਹੁੰਦਾ, ਇੱਦਾਂ ਨਫ਼ਰਤ। ਪਹਿਲੀ ਵਾਰੀ ਕੋਈ ਮਾਵਾਂ ਮੈਦਾਨ 'ਚ ਉਤਰੀਆਂ ਜਿਨ੍ਹਾਂ ਨੇ ਤਾਰੀਖ ਬਦਲ ਕੇ ਰੱਖਤੀ, ਇੱਦਾਂ ਮਾਲੂਮ ਹੁੰਦਾ ਵੀ ਹਰਿਆ ਕੋਈ ਵੀ ਨਹੀਂ, ਦੋਵੇਂ ਪਾਸੇ ਜੇਤੀ ਜਿੱਤ ਆ। ਸਿਆਣੇ ਕਹਿੰਦੇ ਆ ਜੇ ਮਾਵਾਂ ਹੱਥ ਹਕੂਮਤ ਹੋਵੇ ਤਾਂ ਉਹ ਜੰਗ ਹੀ ਨਾ ਲੱਗਣ ਦੇਣ। ਇਸ ਟਾਈਮ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕਿੱਥੇ ਖਲੋਤਾ, ਪਰ ਮੈਂ ਇਹ ਦੱਸਦਾ ਜਾਵਾਂ ਕਿ ਅਰਸ਼ਨ ਨਦੀਮ ਜਿਹੜੇ ਅਖਾੜੇ ਦੇ ਵਿੱਚੋਂ ਜਿੱਤ ਕੇ ਆਇਆ ਨਾ, ਉਹ ਅਖਾੜਾ ਕੋਈ ਮੇਲੇ ਠੇਲੇ ਦਾ, ਕਿਸੇ ਗਲੀ ਦਾ, ਕਿਸੇ ਚੌਕ ਚੁਰਾਏ ਦਾ ਅਖਾੜਾ ਨਹੀਂ, ਉਹ ਪੂਰੀ ਦੁਨੀਆ ਦਾ ਅਖਾੜਾ, ਜਿੱਥੇ ਮੁਲਕਾਂ ਦੇ ਸੂਰਮੇ, ਮਾਵਾਂ ਦੇ ਪੁੱਤਰ ਉਸ ਅਖਾੜੇ ਦੇ ਵਿੱਚ ਉਤਰੇ ਸੀ। ਉਹ ਅਖਾੜਾ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਲੱਗਾ। ਮੈਂ ਕਹਿੰਦਾ ਬਈ ਦੇਸੀ ਅਤੇ ਵਲੈਤੀ ਦਾ ਅਖਾੜਾ ਸੀ, ਵੀ ਜਿਹੜੇ ਮਾਵਾਂ ਦੇ ਹੱਥ ਦੇ ਪਰੌਂਠੇ ਖਾ ਕੇ ਉਹਨਾਂ ਨੂੰ ਰੱਬ ਨੇ ਫਤਿਹ ਦਿੱਤੀ, ਅਤੇ ਜਿਹੜੇ ਵਿਟਾਮਿਨ ਸੀ ਡੀ ਖਾਣ ਵਾਲੇ ਉਹ ਬਾਹਾਂ ਖੜੀਆਂ ਕਰ ਗਏ। ਸਾਨੂੰ ਇੱਥੇ ਆਇਆਂ ਨੂੰ ਕੋਈ 20 ਮਿੰਟ ਹੋ ਗਏ, ਜਹਾਜ਼ ਕਹਿੰਦੇ ਆ ਵੀ ਹੇਠਾਂ ਲੈ ਗਿਆ, ਪਰ ਇੰਝ ਮਾਲੂਮ ਹੁੰਦਾ ਜਿਵੇਂ 20 ਵਰੇ ਹੋ ਗਏ। ਸਾਡਾ ਆਪਦੇ ਪੰਜਾਬ ਦੇ ਪੁੱਤਰ ਨੂੰ ਵੇਖਣ ਨੂੰ ਅੱਖਾਂ ਤਰਸੀਆਂ ਪਈਆਂ, ਬਸ ਉਹ ਟਾਈਮ ਦੂਰ ਨਹੀਂ ਵੀ ਅਸੀਂ ਤੁਹਾਡੇ ਤੱਕ ਵੀ, ਤੁਹਾਨੂੰ ਵੀ ਝਲਕ ਵਿਖਾਉਂਦੇ ਹਾਂ, ਅਸੀਂ ਆਪ ਵੀ ਵੇਖਦੇ ਹਾਂ। ਇੰਨੀ ਦੁਨੀਆ ਖਲਕਤ ਇੱਥੇ ਆਈ ਆ ਵੀ ਇੱਥੇ ਤਿਲ ਧਰਨ ਨੂੰ ਤਾਂ ਥਾਂ ਹੈ ਨਹੀਂ, ਅਸੀਂ ਬੜਾ ਬਾਹਰ ਨਿਕਲ ਕੇ ਦੂਰ ਖਲੋ ਕੇ ਤੁਹਾਡੇ ਵੀਡੀਓ ਬਣਾ ਰਹੇ ਹਾਂ। ਅਸੀਂ ਤੁਹਾਨੂੰ ਅੱਗਾਂ ਜਾ ਕੇ ਦਿਖਾਉਂਦੇ ਵੀ ਹਾਂ ਬੰਦਿਆਂ ਦਾ ਪਿਆਰ, ਇਸ ਕੌਮ, ਇਸ ਜਾਗਦੀ ਕੌਮ ਦਾ ਪਿਆਰ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਜ਼ਿੰਦਾ ਕੌਮ ਦਾ ਪਿਆਰ, ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਸਬੂਤ ਦੇਵਾਂਗੇ ਇਸ ਜ਼ਿੰਦਾ ਕੌਮ ਦੇ। ਅਲਹਮਦੁਲਿਲਾ ਪਾਕਿਸਤਾਨੀ ਕੌਮ ਆਪਣੇ ਹੀਰੋ ਨਾਲ ਪਿਆਰ ਕਰਦੀ ਔਰ ਸਾਬਤ ਕਰਨ ਆਈ ਆ ਕਿ ਅਸੀਂ ਆਪਣੇ ਹੀਰੋ ਨੂੰ ਪਿਆਰ ਕਰਦੇ ਹਾਂ। ਉਹ ਹੁਣ ਤੁਹਾਨੂੰ ਵਿਖਾਉਂਦੇ ਹਾਂ ਵੀ ਕਿੰਨੀ ਦੁਨੀਆ, ਕਿੰਨੀ ਖਲਕਤ, ਨਿੱਕੇ ਨਿੱਕੇ ਬਾਲ, ਧੀਆਂ, ਮਾਵਾਂ, ਬਾਬੇ, ਉਹ ਸਾਰੇ ਹਰ ਉਮਰ ਦੇ ਬੰਦੇ ਇੱਥੇ ਏਅਰਪੋਰਟ ਦੇ ਉੱਤੇ ਪਹੁੰਚੇ ਆ ਸਿਰਫ ਅਰਸ਼ਨ ਨਦੀਮ ਦਾ ਹੌਸਲਾ ਦੇਣ ਵਾਸਤੇ ਵੀ ਤੂੰ ਮੁਲਕ ਦਾ ਨਾਮ ਰੋਸ਼ਨ ਕਰਕੇ ਆ। ਅਸੀਂ ਵੀ 300-400 ਕਿਲੋਮੀਟਰ ਸਫ਼ਰ ਕਰਕੇ, ਰਾਤ ਦਾ ਟਾਈਮ ਆ, ਅਸੀਂ ਆਪਣੇ ਭਰਾ ਦੇ ਇੱਕ ਤਾਂ ਝਲਕ ਵੇਖਣ ਆਏ ਹਾਂ ਆਪਣੇ ਹੀਰੋ ਦੀ, ਅਤੇ ਇੱਕ ਉਹ ਜਿਵੇਂ ਕਹਿੰਦੇ ਵੀ ਆਟੇ 'ਚ ਲੂਣ ਆ, ਵੀ ਅਸੀਂ ਵੀ ਇਹਦਾ, ਇਸ ਜਿਵੇਂ ਲੋਕ ਆਏ ਹੌਸਲਾ ਅਫਜ਼ਾਈ ਕਰਨ, ਅਸੀਂ ਵੀ ਉਹਦਾ ਹਿੱਸਾ ਬਣੇ ਹਾਂ। ਇਹ ਸਾਡੇ ਵਾਸਤੇ ਫਖਰ ਦੀ ਗੱਲ ਆ, ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ, ਇਹ ਬੜੇ ਮਾਣ ਦੀ ਗੱਲ ਆ ਕਿ ਅਸੀਂ ਅਰਸ਼ਨ ਨਦੀਮ ਨੂੰ ਏਅਰਪੋਰਟ ਤੋਂ ਲੈਣ ਵਾਲਿਆਂ ਦੇ ਵਿੱਚ ਖਲੋਤੇ ਹਾਂ, ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਆ। ਅਤੇ ਆਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਇਹ ਏਅਰਪੋਰਟ ਦੇ ਉੱਤੇ ਦੁਨੀਆ ਖਲਕਤ ਸਾਰੀ ਬਣ ਗਈ ਜੀ। ਅੱਛਾ ਬਣਾ ਬਣਾ ਆਹ ਤਸਵੀਰ ਦਿਖਾ। ਆਹ ਬੱਸ ਆ ਜੀ, ਜਿਹੜੀ ਬੱਸ ਦੇ ਉੱਤੇ ਅਰਸ਼ਨ ਨਦੀਮ ਨੂੰ ਸਵਾਰ ਕਰਾ ਕੇ ਪੂਰੇ ਲਾਹੌਰ ਦਾ ਗੇੜਾ ਲਵਾਉਣਾ, ਇੱਥੋਂ ਜਿੱਦਾਂ ਕਾਫਲਾ ਜਾਂਦਾ ਨਾ ਕਿਸੇ ਵਜ਼ੀਰੇ ਆਜ਼ਮ ਦਾ, ਇੱਦਾਂ ਕਾਫਲੇ ਦੀ ਸ਼ਕਲ ਦੇ ਵਿੱਚ ਲੈ ਕੇ ਜਾਵਾਂਗੇ ਇਨਸ਼ਾਅੱਲਾ। ਆਹ ਤੁਸੀਂ ਵੇਖ ਰਹੇ ਆ, ਤਾਂ ਅੱਗੇ ਆਓ ਜੀ, ਆ ਕੇ ਦਿਖਾਓ ਦੁਨੀਆ ਜੀ। ਅਸਲਾਮ ਅਲੈਕੁਮ। ਇਹ ਸਾਡਾ ਭਾਈ ਅੰਜਮ ਸਰੋਇਆ ਸਾਹਿਬ, ਫੈਸਲਾਬਾਦ ਦੀ ਸ਼ਾਨ, ਫੈਸਲਾਬਾਦ ਦੀ ਆਨ। ਇਹਨਾਂ ਨੇ ਸਾਬਿਤ ਕਰ ਦਿੱਤਾ ਵੀ ਇਹ ਗੱਲਾਂ ਨਹੀਂ ਕੀਤੀਆਂ, ਨਾ ਇਹਨੇ ਪਹੁੰਚ ਕੇ ਅਤੇ ਉਹ ਆਪਣਾ ਹੱਕ ਅਦਾ ਕਰ ਦਿੱਤਾ ਹੈ ਕਿ ਅਰਸ਼ਦ ਨਦੀਮ ਸਾਹਿਬ ਦੀ ਪਰੂ ਇਹ ਉੱਥੋਂ ਪਹੁੰਚੇ ਫੈਸਲਾਬਾਦ, ਉਹਨਾਂ ਵੀਡੀਓ ਅਪਲੋਡ ਕੀਤੀ ਹੈ ਅਤੇ ਫਿਰ ਲੋਕਾਂ ਨੇ ਕਿਹਾ ਕਿ ਨਹੀਂ ਇਹਨੇ ਜਾਣਾ ਨਹੀਂ, ਲੇਕਿਨ ਇਤਨੀ ਗਰਮੀ ਔਰ ਰਾਤ ਦੇ 3:30 ਹੋਣ ਵਾਲੇ ਨੇ, ਅਤੇ ਇਹਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਜਿਆਲਾ ਹੈ ਔਰ ਅਰਸ਼ਦ ਨਦੀਮ ਸਾਹਿਬ ਨੂੰ ਪਾਕਿਸਤਾਨ ਜ਼ਿੰਦਾਬਾਦ, ਅਸੀਂ ਵੈਲਕਮ ਕਿਹਾ ਦੋਨਾਂ ਨੇ।
ਤੁਹਾਡਾ ਪਿਆਰ ਜੀ ਸਿਰ ਮੱਥੇ ਦੇ, ਪਰ ਗੱਲ ਇਹ ਆ ਕਿ ਇੱਥੇ ਆ ਕੇ ਅਸੀਂ ਆਪਣਾ ਮਾਣ ਵਧਾਇਆ, ਕੋਈ ਸ਼ੱਕ ਨਹੀਂ, ਇਹ ਸਾਡਾ ਮਾਣ ਵਧਿਆ ਜੀ, ਅਸੀਂ ਅਰਸ਼ਨ ਅਜ਼ੀਮ ਸਾਹਿਬ ਦੇ ਇਸਤਕਬਾਲ ਵਾਸਤੇ ਆਏ ਹਾਂ, ਇਹ ਸਾਡੇ ਮਾਣ ਦੀ ਗੱਲ ਆ, ਇਹ ਸਾਡੇ ਵਕਤਾਂ ਦੀ ਗੱਲ ਆ, ਬੜੀ ਮਿਹਰਬਾਨੀ ਬਸ਼ਰ ਸਾਹਿਬ। ਸਰੋਇਆ ਸਾਹਿਬ, ਲੋਕੀ ਆਖਦੇ ਹੁੰਦੇ ਨੇ ਕਿ ਇਸਤਕਬਾਲ ਫਲਾਣੇ ਦਾ ਕੀਤਾ ਉਹ ਬਣ ਜਾਂਦੀ ਖੁਸ਼ਾਮਤ, ਬੇ ਲੋਸ ਬੰਦਾ ਆਵੇ, ਉਸ ਆਪਣੇ ਬਿਲ ਬੋਤੇ ਤੇ ਮਿਹਨਤ ਕੀਤੀ ਹੈ, ਉਸ ਦਾ ਮਿਹਨਤ ਦਾ ਫਲ ਹੈ, ਉਹਦੀ ਪਰਵਾਹ, ਇੰਨੀ ਦੁਨੀਆ ਆਈ ਜੀ, ਬੇਲੋਸ ਆਈ, ਬੇਲੋਸ ਆਈ, ਲਾਲਚ ਨਹੀਂ। 2 ਘੰਟੇ ਦੇ ਅੰਦਰੋਂ ਇਸਤਕਬਾਲ ਵਾਸਤੇ ਨਿਕਲ ਨਹੀਂ ਸਕਿਆ, ਇਤਨਾ ਇੰਤਜ਼ਾਮ ਹੈ। 3 ਵਜਣ ਲੱਗੀਆਂ ਜੀ, 12 ਵਜੇ ਦੇ ਲੋਕ ਖਲੋਤੇ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ, ਬੇਲੋਸ, ਕੋਈ ਲਾਲਚ ਨਹੀਂ, ਸਿਰਫ ਆਪਣੇ ਕੌਮ ਦੇ ਹੀਰੋ ਨੂੰ ਸਲਾਮ ਕਰਨ ਵਾਲਾ। ਐਸੀ ਥਾਂ ਕੋ ਨਹੀਂ ਜਿੱਥੇ ਬੰਦੇ ਨਾ ਖਲੋਤੇ ਹੋਣ, ਬਾਂਹ ਤਾਂ ਚੱਕ ਕੇ ਦਿਖਾ ਜਾ ਕਿਤੇ ਉੱਚਾ ਹੋ। ਮਿਹਰਬਾਨੀ ਕਰੀ ਸਾਨੂੰ ਵੀ ਪਿਆਰ ਕਰਨ ਵਾਲੇ ਜੀ ਇੱਥੇ ਆਏ ਹੋਏ ਹੈ, ਉਹ ਤਾਂ ਚਾਨਣਾ ਮਿਹਰਬਾਨੀ, ਇੱਧਰ ਮੇਰੇ ਵੱਲ ਨੂੰ ਵੀ ਕਰੀ। ਪੂਰੇ ਏਅਰਪੋਰਟ ਦੇ ਵਿੱਚ ਲੰਮਾ ਪਤਾ, ਜਦੋਂ ਅਸੀਂ ਮੋਬਾਇਲ ਫੜਾਇਆ ਕਿ ਉਤਲੇ ਪਾਸੇ ਇੱਕ ਵਾਰੀ ਨਿਗਾਹ ਮਰਾ, ਵੇਖ ਕਿਵੇਂ ਵੀ ਸਾਡੇ ਮੁੰਡੇ ਖੁੰਡੇ, ਮੈਂ ਕਹਿੰਦਾ ਪੱਕੀ ਉਮਰ ਦੇ ਨਵੇਂ ਮੁੰਡੇ ਅਸੀਂ ਏਅਰਪੋਰਟ ਦੇ ਉੱਤੇ, ਦੁਨੀਆ ਆਈ ਹੋਈ ਹੈ, ਉਹ ਇੱਧਰੋਂ ਦਿਖਾਈ, ਐਵੇਂ ਡਰਾਮੇ ਕਰਦੇ ਹਾਂ, ਹਜੇ ਨਹੀਂ ਆਇਆ। ਸਿਆਣੇ ਕਹਿੰਦੇ ਵੀ ਜਦੋਂ ਆਪਣੇ ਤੋਂ ਪਿਆਰ ਦੇਣ ਤਾਂ ਬੜਾ ਚੰਗਾ ਲੱਗਦਾ। ਸ਼ੁਗਲ ਮੇਲਾ ਵੀ ਲੱਗ ਰਿਹਾ ਜੀ, ਹਜੇ ਬੰਦੇ ਜਾਣ ਕੇ ਰੌਲਾ ਪਾ ਦਿੰਦੇ ਵੀ ਆ ਗਿਆ ਆ ਗਿਆ, ਵਾਹ ਵਾਹ ਵਾਹ, ਆ ਗਿਆ, ਵਾਹ 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 ਯਾਰ ਮੁੰਡੇ ਦਾ, ਮੈਂ ਕਿਹਾ ਪਤਾ ਨਹੀਂ ਕਿਸੇ ਚੀਜ਼ 'ਤੇ ਖੜਾ ਵਾ, ਨਹੀਂ ਉਹਦਾ ਚਾਹਤੀ ਏਡਾ ਕੌਣ ਤੇ ਗਿਆ ਬਈ, ਉਦਾਂ ਚੜ ਉਦਾਂ ਬੜੀ ਮਿਹਰਬਾਨੀ ਇਨਕੀ ਕੇ ਜੇ ਫੈਸਲਾ ਬਾਦ ਸੇ ਤਸ਼ਰੀਫ ਲਾਏ ਹੈ ਔਰ ਯੇ ਹਮਾਰੇ ਸਾਥ ਹੈ, ਇੰਡੀਆ ਪਾਕਿਸਤਾਨ ਚੜ੍ਹਦੇ ਔਰ ਸਾਂਝੇ ਪੰਜਾਬ ਕੀ ਫਿਲਮ ਕੇ ਅੰਦਰ ਐਕਟਿੰਗ ਕਰ ਚੁੱਕੇ ਹੈ, ਮਾਸ਼ਾਅੱਲਾ ਜ਼ਿੰਦਾਬਾਦ, ਸਰੋਆ ਸਾਹਿਬ ਜ਼ਿੰਦਾਬਾਦ, 1 ਘੰਟੇ ਤੋਂ ਅਸੀਂ ਇਹਨੂੰ ਲੱਭ ਰਹੇ ਸਾਂ ਏਅਰਪੋਰਟ ਤੋਂ, ਹੁਣ ਮਿਲੇ ਨੇ, ਮਿਲ ਤਾਂ ਗਏ ਨਾ, ਬੱਲੇ ਬੱਲੇ ਬੱਲੇ, ਇਹ ਤਾਂ ਇੱਕ ਝਲਕ ਦੇਖਣੀ ਵੀ ਔਖੀ ਆ ਜੀ, 20 ਸਾਲ ਜੀ, 20 ਸਾਲ ਦੀ ਮਿਹਨਤ, ਜਦੋਂ ਰੰਗ ਲੈ ਕੇ ਆਈ ਤਾਂ ਉਦੋਂ 1 ਸੈਕਿੰਡ ਲੱਗਾ, ਫੁੱਲਾਂ ਦੀਆਂ ਪੱਤੀਆਂ ਜਨਾਬ ਸਾਡੇ ਤੇ ਵੀ ਡਿੱਗ ਰਹੀਆਂ, ਰੱਬੀ ਸਬੱਬੀ ਅਰਸ਼ਦ ਨਦੀਮ ਦੇ ਬਹਾਨੇ ਨਾਲ ਸਾਡੇ ਤੇ ਵੀ ਡਿੱਗ ਰਹੇ, ਇੱਥੇ ਤੱਕ ਫੁੱਲ ਆ ਰਹੇ ਜੀ, ਹਰ ਬੰਦਾ ਵੀਡੀਓ ਬਣਾ ਰਿਹਾ ਜੀ, ਕਿਆ ਬਾਤ, ਬੰਦਿਆਂ ਦੀ ਖੁਸ਼ੀ ਵੇਖਣ ਵਾਲੀ ਹੈ, ਖੁਸ਼ੀ ਦਾ ਇਹ ਹਾਲ ਆ ਵੀ ਸਾਡੀਆਂ ਆਪਣੀਆਂ ਅੱਖਾਂ 'ਚ ਉੱਥਰ ਪਾ ਰਹੇ ਹਾਂ ਖੁਸ਼ੀ ਦੇ ਨਾਲ, ਸਾਡਾ ਹੀਰੋ ਸਾਡੀ ਅੱਖਾਂ ਦੇ ਸਾਹਮਣੇ ਆ ਗਿਆ,
ਚੈਲੰਜ ਉੱਧਰ ਦਿਖਾਓ ਜੀ, ਆ ਗਿਆ ਜੀ ਨਦੀਮ ਅਰਸ਼ਦ, ਦਿਖਾਓ ਉੱਧਰ, ਉੱਧਰ ਦਿਖਾਓ, ਉੱਧਰ ਦਿਖਾਓ। ਇੰਨੀ ਖੱਪ ਪੈਣ ਤੋਂ ਬਾਅਦ ਢੋਲ ਵੱਜਣ, ਭੰਗੜੇ ਪਾਉਣ, ਵੇਖੋ ਹੇਠਾਂ ਪੱਤੀਆਂ ਕਿਵੇਂ ਡਿੱਗੀਆਂ। ਇੰਨਾ ਕੁਛ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਹਜੇ ਆਇਆ ਨਹੀਂ ਬਾਹਰ ਅਰਸ਼ਨ ਨਦੀਮ। ਲੋਕ ਨੱਚ ਨੱਚ ਕੇ ਥੱਕ ਗਏ, ਨਾਰੇ ਮਾਰ ਮਾਰ ਗਲਾ ਬਹਿ ਗਿਆ ਸਾਡਾ, ਅਤੇ ਪਤਾ ਲੱਗਿਆ ਵੀ ਹਜੇ ਆਇਆ ਨਹੀਂ। ਬੜੀ ਬੜੀ ਕਮਾਂਡੋ ਫੌਜ ਆਈ ਆ ਉਹ ਸਿਕਿਉਰਿਟੀ ਵਾਸਤੇ, ਅਰਸ਼ਨ ਨਦੀਮ ਨੂੰ ਸਿਕਿਉਰਿਟੀ ਦੇਣੀ ਵੀ ਚਾਹੀਦੀ ਹੈ ਜੀ। ਹਾਲਾਤ ਵੀ ਇੱਦਾਂ ਹੀ ਆ, ਬਸ ਐਵੇਂ ਦੋ ਮਿੰਟਾਂ ਦੀ ਗੱਲ ਹੈ। ਕੋਚ ਸਾਹਿਬ ਖੜ੍ਹੇ ਆ, ਵਾਹ ਵਾਹ ਵਾਹ, ਲਓ ਜੀ ਕੋਚ ਸਾਹਿਬ ਖਲੋਤੇ ਆ। ਜੇ ਕੋਚ ਸਾਹਿਬ ਆ ਗਏ ਆ ਤਾਂ ਫਿਰ ਉਹ ਸਾਡੇ ਅਰਸ਼ਨ ਨਜ਼ੀਰ ਸਾਹਿਬ ਵੀ ਆ ਜਾਣਗੇ। ਇਹ ਕੋਚ ਵੀ ਸਾਡਾ ਹੀਰੋ ਹੀ ਆ ਜੀ। ਹਾਂਜੀ ਆਇਆ ਜੀ, ਆਇਆ ਜੀ, ਆਇਆ ਜੀ, ਆਇਆ ਜੀ ਅਰਸ਼ਦ, ਆਇਆ ਜੀ, ਫਿਰ ਮੋੜ ਗਿਆ ਪਿੱਛੇ। ਆਇਆ ਜੀ ਅਰਸ਼ਦ, ਆਇਆ ਜੀ, ਜਿੰਦਾਬਾਦ, ਜਿੰਦਾਬਾਦ ਖੇਡਾਂ, ਵਾਹ ਵਾਹ। ਅਸੀਂ ਨਾ ਜੀ ਏਅਰਪੋਰਟ ਦੇ ਵਿੱਚ ਅੱਗੇ ਉਹ ਰਸ਼ ਲੱਗਿਆ ਸੀ ਬੰਦਿਆਂ ਦਾ, ਬਹੁਤ ਬੰਦਿਆਂ ਨੇ ਆ ਕੇ ਮੈਨੂੰ ਇੱਕ ਗੱਲ ਕੀਤੀ, ਉੱਥੇ ਰਸ਼ ਦੇ ਵਿੱਚ ਖੱਪ ਬੜੀ ਸੀ ਅਤੇ ਉੱਥੇ ਮੈਂ ਉਹ ਗੱਲ ਤੁਹਾਡੀ ਕਰਾ ਨਹੀਂ ਸਕਿਆ। ਉਹੀ ਗੱਲ ਹੁਣ ਅਸੀਂ ਇੱਥੇ ਬਾਹਰ ਨਿਕਲਿਆ ਨਾ ਅਤੇ ਸਾਡੇ ਭਰਾ ਨੇ ਆ ਕੇ ਕੀਤੀ ਆ, ਤੁਸੀਂ ਆਪਣਾ ਨਾਮ ਵੀ ਦੱਸਿਓ ਅਤੇ ਉਹ ਗੱਲ ਵੀ ਦੱਸਿਓ ਜਿਹੜੀ ਮੈਨੂੰ ਤੁਸੀਂ ਕੀਤੀ। ਅਸਲਾਮ ਅਲੈਕੁਮ, ਮੈਂ ਦੋ ਦਿਨ ਪਹਿਲੇ ਅੰਜਮ ਸਰਾਜ ਸਾਹਿਬ ਵੀਡੀਓ ਦੇਖੀ ਸੀ ਕਿ ਅਰਸ਼ਦ ਸਾਹਿਬ ਨੇ ਜਿਹੜਾ ਕੰਮ ਕੀਤਾ, ਜਿਹੜਾ ਗੋਲਡ ਮੈਡਲ ਜਿੱਤਿਆ, ਪਾਕਿਸਤਾਨ ਵਾਸਤੇ ਬੜੀ ਫਖਰ ਦੀ ਗੱਲ ਹੈ ਅਤੇ ਤੁਸੀਂ ਸਾਰਿਆਂ ਨੇ ਵੈਲਕਮ ਕਰਨ ਆਉਣਾ, ਉਹਨਾਂ ਨੂੰ ਸੋਰੀ ਰਿਸੀਵ ਕਰਨ ਆਉਣਾ। ਤੇ ਅੱਜ ਮੈਂ ਖੁਸ਼ੀ ਦੇ ਲਮਹਾਤ ਨੇ ਬੋਲਿਆ ਨਹੀਂ ਜਾ ਰਿਹਾ, ਲੇਕਿਨ ਦਿੱਲੀ ਖੁਆਇਸ਼ ਸੀ ਇਹਨਾਂ ਨੂੰ ਮਿਲਣ ਦੀ, ਬੜੀ ਖੁਸ਼ੀ ਸੀ ਇਹਨਾਂ ਦੀ ਵੀਡੀਓ ਦੇਖ ਕੇ। ਮੈਂ ਅੱਜ ਉਹਨਾਂ ਨੂੰ ਏਅਰਪੋਰਟ 'ਤੇ ਰਿਸੀਵ ਕਰਨ ਆਇਆ ਸੀ, ਉਹਨਾਂ ਨੂੰ ਵੀ ਮਿਲਿਆ, ਉਹਨਾਂ ਨਾਲ ਵੀ ਵੀਡੀਓ ਵਗੈਰਾ ਬਣਾਈਆਂ ਨੇ, ਜਿਹਨੂੰ ਉਹਨਾਂ ਮਿਲ ਕੇ ਖੁਸ਼ੀ ਹੋਈ, ਉਹਨਾਂ ਨੇ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ। ਮਿਹਰਬਾਨੀ, ਤੁਹਾਡਾ ਪਿਆਰ ਆ। ਨਾਂ ਕੀ ਤੁਸੀਂ? ਹਾਫਜ਼। ਹਾਫਜ਼ ਅਵੈਸ। ਹਾਫਜ਼ ਅਵੈਸ ਸਾਹਿਬ ਖਲੋਤੇ ਜੀ, ਹਾਫਜ਼ ਸਫਿਆਨ। ਹਾਫਜ਼ ਸਫਿਆਨ ਸਾਹਿਬ ਖਲੋਤੇ, ਗੁਲਸਤਾਨ, ਮਾਸ਼ਾਅੱਲਾ ਜੀ। ਅਤੇ ਇਹ ਗੱਲ ਨਾ ਜੀ, ਉੱਥੇ ਮੈਂ ਬਹੁਤ ਬੰਦਿਆਂ ਤੋਂ ਸੁਣੀ ਵੀ ਤੇਰੀ ਵੀਡੀਓ ਦੇਖ ਕੇ ਅਸੀਂ ਇੱਥੇ ਆਏ ਹਾਂ, ਇਹ ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ। ਫਿਕਰ ਏਅਰਪੋਰਟ 'ਤੇ ਆਇਆ, ਮੈਂ ਸਿਰਫ ਤੁਹਾਨੂੰ ਲੱਭ ਰਿਹਾ। ਵਾਹ ਵਾਹ, ਚਲੋ ਜੀ। ਇੱਥੇ ਏਅਰਪੋਰਟ ਦੇ ਉੱਤੇ ਰਸ਼ ਬੜਾ ਸੀਗਾ ਅਤੇ ਅਰਸ਼ਨ ਨਦੀਮ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ, ਅਤੇ ਬਸ ਇਹ ਆ ਵੀ ਉਹਦੀ ਝਲਕ ਵੇਖੀ ਆ ਅਤੇ ਸਾਡੀ ਅੱਖਾਂ 'ਚ ਅੱਥਰੂ ਆ ਗਏ ਆਪਣਾ ਹੀਰੋ ਵੇਖ ਕੇ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਦੇ ਪਿੰਡ ਜਾ ਕੇ ਅਸੀਂ ਤੁਹਾਡੀ ਗੱਲਬਾਤ ਉਹਦੇ ਨਾਲ ਕਰਾਈਏ ਇਨਸ਼ਾਅੱਲਾ ਤਾਲਾ। ਨਦੀਮ ਅਰਸ਼ਨ ਨੂੰ ਲਾਰੀ 'ਤੇ ਚੜ੍ਹਾ ਤਾ, ਉਹ ਹੁਣ ਗਾਂ ਸਰਕਾਰ ਨੂੰ ਲੈ ਕੇ ਗਈ ਹੈ ਲਾਹੌਰ ਦੇ ਵਿੱਚ ਘੁਮਾਉਣਾ ਘੁਮਾਉਣਾ। ਇੱਥੇ ਹੁਣ ਗੱਡੀਆਂ ਆਈ, ਕੈਮਰਾਮੈਨ ਸਾਹਿਬ ਦਿਖਾਇਓ ਐਂ ਕਰਕੇ, ਗੱਡੀਆਂ ਇਹਦੀਆਂ ਵੀ ਜਿੱਥੇ ਤੱਕ ਨਿਗਾਹ ਜਾ ਰਹੀ ਆ ਗੱਡੀਆਂ ਹੀ ਖਲੋਤੀਆਂ, ਇੱਥੋਂ ਨਿਕਲਦਿਆਂ ਨਿਕਲਦਿਆਂ ਸਵੇਰ ਹੋ ਜਾਣੀ। ਇਹ ਸਾਡੇ ਵਾਸਤੇ ਮਾਣ ਦੀ ਗੱਲ ਸੀ ਕਿ ਅਸੀਂ ਅਰਸ਼ਨ ਨਦੀਮ ਦੇ ਇਸਤਕਬਾਲ ਵਾਸਤੇ ਆਏ ਹਾਂ, ਅਸੀਂ ਆਪਣਾ ਮਾਣ ਵਧਾਇਆ, ਅਤੇ ਦੁਆਵਾਂ 'ਚ ਯਾਦ ਰੱਖਿਓ ਜੀ, ਬੜੀ ਮਿਹਰਬਾਨੀ।